जी डॉक्टर साहब, की हाल अज अज दे सियासी मुद्दे? ਦੇਖੋ ਅਸੀਂ ਜਦੋਂ ਟਰੈਵਲ ਕੀਤਾ ਵੀਕਐਂਡ ਤੇ ਆਲਮੋਸਟ ਉਸ ਵੇਲੇ ਜਿਹੜੀ ਖਬਰ ਸਿਰਫ ਸਾਊਥ ਏਸ਼ੀਅਨ ਮੀਡੀਆ 'ਚ ਹੀ ਨਹੀਂ ਇੰਡੀਆ ਔਰ ਪਾਕਿਸਤਾਨ 'ਚ ਬਲਕਿ ਗਲੋਬਲ ਮੀਡੀਆ ਨੇ ਚੁੱਕਿਆ ਉਸ ਤੋਂ ਪਹਿਲਾਂ ਮੋਦੀ ਦਾ ਰੂਸ ਦਾ ਦੌਰਾ ਔਰ ਅਖੀਰਲੇ ਦਿਨ ਅਸੀਂ ਮੈਂਸ਼ਨ ਕੀਤਾ ਸੀ ਕਿ ਉਸਨੇ ਅਫਗਾਨ ਪਾਰਲੀਮੈਂਟ ਦਾ ਉਦਘਾਟਨ ਜਿਹੜੀ ਕਿ 680 ਮਿਲੀਅਨ ਰੁਪਏ ਜਿਹੜੇ ਕਿ ਭਾਰਤ ਨੇ ਖਰਚੇ ਨੇ ਨਵੀਨ ਕੋਰ ਬਿਲਡਿੰਗ ਉਹਦਾ ਉਦਘਾਟਨ ਮੋਦੀ ਨੇ ਕਰਨਾ ਸੀ ਪਰ ਜਿਹੜੀ ਖਬਰ ਹਾਲਾਂ ਉਹ ਵੀ ਇੱਕ ਖਬਰ ਸੀ ਬਹੁਤ ਛੋਟੇ ਲੈਵਲ 'ਤੇ ਪਰ ਜਿਹਨੇ ਅਲਟੀਮੇਟਲੀ ਜਿਸ ਨੂੰ ਕਿਸੇ ਨੇ ਡਿਪਲੋਮੈਟਿਕ ਕੂ ਕਿਹਾ ਜਾਂ ਜਿਵੇਂ ਡਾਕਟਰ ਇਕਦਾਰ ਕਰਾਮਤ ਚੀਮਾ ਨੇ ਕਿਹਾ ਵੀ ਇਹ ਦਿਸ ਇਜ਼ ਨਾਟ ਏ ਪੋਲੀਟੀਕਲ ਡਿਪਲੋਮੇਸੀ ਦਿਸ ਇਜ਼ ਏ ਸੋਸ਼ਲ ਡਿਪਲੋਮੇਸੀ ਔਰ ਉਹ ਸੀ ਕਿ ਕਿਵੇਂ ਜਿਹੜਾ ਮੋਦੀ ਹੈ ਪ੍ਰਾਈਮ ਮਿਨਿਸਟਰ ਉਹ ਕਾਬਲ ਤੋਂ ਲਾਹੌਰ ਆਇਆ ਔਰ ਫਿਰ ਸਿੱਧਾ ਰਾਏਵਿੰਡ ਜਿਹੜਾ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਉਹਨਾਂ ਦੇ ਭਰਾ ਸ਼ਾਬਾਜ਼ ਸ਼ਰੀਫ ਉਹਨਾਂ ਦਾ ਫੈਮਿਲੀ ਹੋਮ ਹੈ ਬੜਾ ਵੱਡਾ ਲੰਬਾ ਚੌੜਾ ਜਿਹੜਾ ਉਹਨਾਂ ਦਾ ਉਹ ਮਹਿਲ ਹੈ ਉੱਥੇ ਜੀ ਸੋ ਉੱਥੇ ਪਹੁੰਚ ਗਿਆ ਮੋਦੀ ਔਰ ਦੋਨਾਂ ਦੀਆਂ ਮੁਸਕਰਾਉਂਦਿਆਂ ਹੱਥ ਬਣਾਉਂਦਿਆਂ ਦੀਆਂ ਫੋਟੋਆਂ ਔਰ ਫਿਰ ਨਵਾਜ਼ ਸ਼ਰੀਫ ਦਾ ਜਨਮਦਿਨ ਸੀ ਉਸ ਦਿਨ ਉਹਦੀ ਜੀ ਵਧਾਈ ਦੇਣ ਆਏ ਨੇ ਮੋਦੀ ਜੀ ਫਿਰ ਉਹਨਾਂ ਦੀ ਦੋਹਤੀ ਦਾ ਨਿਕਾਹ ਸੀ ਸੋ ਉਹਨਾਂ ਨੂੰ ਵੀ ਦੋਹਤੀ ਨੂੰ ਵੀ ਆਸ਼ੀਰਵਾਦ ਦਿੱਤਾ ਫਿਰ ਬਾਅਦ 'ਚ ਆਇਆ ਕਿ ਗੁਲਾਬੀ ਰੰਗ ਦੀ ਪੱਗ ਵੀ ਮੋਦੀ ਨੇ ਭੇਟ ਕੀਤੀ ਨਵਾਜ਼ ਸ਼ਰੀਫ ਨੂੰ ਔਰ ਉਸ ਨਿਕਾਹ ਦੇ ਮੌਕੇ ਨਵਾਜ਼ ਸ਼ਰੀਫ ਨੇ ਪੂਰੀ ਸ਼ਮਲੇ ਵਾਲੀ ਜਿਹਨੂੰ ਤੁਰਲਾ ਅਸੀਂ ਕਹਿੰਦੇ ਹਾਂ ਇੱਧਰ ਸ਼ਮਲਾ ਕਹਿੰਦੇ ਨੇ ਸ਼ਮਲੇ ਵਾਲੀ ਗੁਲਾਬੀ ਪੱਗ ਵੀ ਬੰਨ੍ਹੀ ਹੋਈ ਸੀ ਆਪਣੇ ਨਿਕਾਹ 'ਤੇ ਔਰ ਇਸ ਸਾਰੇ ਨੂੰ ਜਿਹੜਾ ਬੜਾ ਹੈਸ਼ਟੈਗ ਜਿਹੜਾ ਉਹ ਬੜਾ ਲੰਬਾ ਚੌੜਾ ਗਿਆ ਇਸ ਦੇ ਲਈ ਕਈ ਕੁਛ ਹੀ ਚੱਲਿਆ ਕਿਸੇ ਨੇ ਇਸ 'ਤੇ ਕੋਈ ਕਾਮੈਂਟ ਕੀਤਾ ਕਿਸੇ ਨੇ ਬ੍ਰੇਕ ਥਰੂ ਕਿਹਾ ਕਿਸੇ ਨੇ ਕਿਹਾ ਜੀ ਯੂ ਟਰਨ ਮਾਰ ਲਿਆ ਕਿਸੇ ਨੇ ਵੈਲਕਮ ਕੀਤਾ ਸੋ ਇਹ ਸਾਰਾ ਔਰ ਜ਼ਾਹਰ ਹੈ ਕਿ ਸਾਡੇ ਐਂਗਲ ਤੋਂ ਕਿਉਂਕਿ ਅਸੀਂ ਇਹਨਾਂ ਦੋਨਾਂ ਹੀ ਜਿਹੜੀਆਂ ਹੋਸਟਾਈਲ ਸਿਵਲਾਈਜੇਸ਼ਨਸ ਨੇ ਦੁਸ਼ਮਣ ਭਰਿਆ ਵਤੀਰਾ ਰੱਖਣ ਵਾਲੀ ਇਸਲਾਮਿਕ ਵਿਚਾਰਧਾਰਾ 'ਤੇ ਆਧਾਰਿਤ ਪਾਕਿਸਤਾਨ ਹੈ ਔਰ ਹਿੰਦੂ ਵਿਚਾਰਧਾਰਾ ਜਿਹੜੀ ਅੱਜ ਡੋਮੀਨੇਟਿੰਗ ਵਿਚਾਰਧਾਰਾ ਹੈ ਔਰ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਇਸ ਨੂੰ ਕਿ ਵੀ ਉਹਨਾਂ ਨੇ ਕਾਨਸਟੀਟਿਊਸ਼ਨਲੀ ਹਿੰਦੂ ਬਣਾਉਣੇ ਜੀ ਔਰ ਉਸੇ ਦੀ ਵਿਚਕਾਰ ਬੈਠੇ ਹੈ ਜੇ ਇਹਨਾਂ ਦਾ ਟਕਰਾਅ ਹੁੰਦਾ ਹੈ ਫਿਰ ਵੀ ਸਾਨੂੰ ਇਹ ਦੇਖਣਾ ਬਣਦਾ ਹੈ ਕਿ ਭਾਈ ਇਸ ਟਕਰਾਅ 'ਚੋਂ ਅਸੀਂ ਕਿਵੇਂ ਬਚਾਂਗੇ ਅਤੇ ਜੇ ਇਸ ਕਿਸਮ ਦਾ ਕੁਛ ਵਾਪਰਦਾ ਫਿਰ ਵੀ ਸਾਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਚੱਲ ਕੀ ਰਿਹਾ ਔਰ ਜਿਵੇਂ ਇੱਕ ਨੇ ਕਾਮੈਂਟ ਕੀਤਾ ਕਿ ਵੀਲਸ ਅੰਡਰ ਦਾ ਵੀਲਸ ਕਿ ਇਸ ਪਹੀਆਂ ਦੇ ਅੰਦਰ ਕਿਹੜੇ ਪਹੀਏ ਨੇ ਔਰ ਇਹ ਸਾਰਾ ਕੀ ਸਡਨਲੀ ਹੋਇਆ ਜਾਂ ਇਸ ਦੇ ਪ੍ਰਭਾਵ ਕੀ ਹੋਣਗੇ ਕੀ ਸੱਚਮੁੱਚ ਇਹ ਸਿੰਸੀਅਰ ਐਫਰਟ ਹੈ ਦੋਨਾਂ ਧਿਰਾਂ ਵੱਲੋਂ ਜਾਂ ਇਹ ਕੋਈ ਅਮਰੀਕਨ ਦਬਾਅ ਹੈ ਜਾਂ ਇੰਡੀਆ ਦਾ ਕੋਈ ਹੋਰ ਜਿਹੜਾ ਹੈ ਵਲਛਲ ਹੈ ਜਾਂ ਇਹ ਸਾਰੇ ਦੇ ਨਾਲ ਕੀ ਜੁੜਿਆ ਹੋਇਆ ਸੋ ਇਹਦੇ 'ਚ ਦੋ ਪਾਰਟ ਜਿਹੜੇ ਨੇ ਮੈਂ ਸਮਝਦਾ ਵੀ ਇਸ ਪਿਛੋਕੜ 'ਚ ਕਿ ਇਹ ਆਲ ਆਫ ਏ ਸਡਨ ਬੇਸ਼ੱਕ ਦੇਖਣ ਨੂੰ ਜੇ ਤੁਸੀਂ ਇਹ ਕਹੋ ਕਿ ਹਰ ਕੁਛ ਪਰਦੇ ਦੇ ਥੱਲੇ ਸੀ ਔਰ ਕਿਸੇ ਪਹਿਲਾਂ ਇਹਦੇ 'ਤੇ ਕੋਈ ਵਿਚਾਰ ਨਹੀਂ ਸੀ ਹੋ ਰਹੀ ਕਿ ਮੋਦੀ ਜਾਏਗਾ ਉੱਥੇ ਜਾਂ ਨਹੀਂ ਜਾਏਗਾ ਕੋਈ ਜਾਣਦਾ ਤਾਂ ਹੈ ਹੀ ਨਹੀਂ ਸੀ ਸੋ ਜ਼ਾਹਰ ਹੈ ਜਾਣਾ ਔਰ ਪਰਸਨਲ ਘਰ ਪਹੁੰਚਣਾ ਉਹਨੂੰ ਜਿਵੇਂ ਡਾਕਟਰ ਚੀਮਾ ਨੇ ਕਿਹਾ ਵੀ ਇਹਨੂੰ ਤੁਸੀਂ ਪੋਲੀਟੀਕਲ ਡਿਪਲੋਮੇਸੀ ਤਾਂ ਹੈ ਜੇ ਕੋਈ ਸਡਨ ਪੋਲੀਟੀਕਲ ਸਮਝੌਤਾ ਹੋ ਜਾਏ ਕਿ ਉੱਥੇ ਉਹਨਾਂ ਦੇ ਹੋ ਜਾਣ ਔਰ ਡੈਕਲਾਰੇਸ਼ਨ ਹੋ ਜਾਏ ਵੀ ਕਸ਼ਮੀਰ 'ਚ ਅਸੀਂ ਜਿਹੜੀ ਹੈ ਮਰਦਮਸ਼ੁਮਾਰੀ ਦੇ ਲਈ ਤਿਆਰ ਹੈ ਟਾਈਮ ਫਰੇਮ ਹੈ ਜਾਂ ਦੂਜਾ ਜਾਂ ਪਾਕਿਸਤਾਨ ਕੋਈ ਇੰਡੀਆ ਨੂੰ ਕਨਸੈਸ਼ਨ ਦੇ ਦੇ ਫਿਰ ਤਾਂ ਉਹਨੂੰ ਤੁਸੀਂ ਕਹੋਗੇ ਕਿ ਵੀ ਇਹ ਪੋਲੀਟੀਕਲ ਜਿਹੜੀ ਹੈ ਉਹ ਆਈਸ ਬ੍ਰੇਕ ਹੋ ਗਈ ਔਰ ਪੋਲੀਟੀਕਲ ਸਮਝੌਤਾ ਹੋ ਗਿਆ ਸੋ ਇਹਨੂੰ ਤੁਸੀਂ ਇੱਕ ਗੁੱਡਵਿਲ ਕ੍ਰੀਏਟ ਕਰਨ ਦੀ ਜਾਂ ਜਿਵੇਂ ਸੋਸ਼ਲ ਡਿਪਲੋਮੇਸੀ ਦਾ ਸ਼ਬਦ ਤਾਂ ਕਹਿ ਸਕਦੇ ਹੋ ਪਰ ਇਹ ਸੋਸ਼ਲ ਡਿਪਲੋਮੇਸੀ ਤੱਕ ਵੀ ਪਹੁੰਚਣ ਦਾ ਜੇ ਅਸੀਂ ਪਿਛੋਕੜ ਦੇਖਣਾ ਹੋਏ ਤਾਂ ਕੁਛ ਘਟਨਾਵਾਂ ਜਿਹੜੀਆਂ ਨੇ ਉਹ ਸਾਨੂੰ ਦੇਖਣ ਵਾਲੀਆਂ ਜ਼ਰੂਰੀ ਨੇ ਕਿ ਇਸ ਸਾਰੇ ਦੌਰ 'ਚ ਸਭ ਤੋਂ ਪਹਿਲਾਂ ਜੁਲਾਈ 2015 ਦੇ ਵਿੱਚ ਅਮਰੀਕਾ ਨੂੰ ਇਸ ਗੱਲ ਦੀ ਬੜੀ ਸੰਤੁਸ਼ਟਤਾ ਹੋਈ ਕਿਉਂਕਿ ਅਮਰੀਕਾ ਫਸਿਆ ਹੋਇਆ ਨੈਟੋ ਉੱਥੇ ਫਸੀ ਹੋਈ ਹੈ ਭਾਵੇਂ 2015 ਤੱਕ ਉਹਨਾਂ ਨੇ ਨਿਕਲਣਾ ਸੀ ਫਿਰ ਕਿਹਾ ਨਹੀਂ ਇੰਨੇ ਕੁ ਰਹਿਣਗੇ ਪਰ ਕੋਈ ਦਿਨ ਐਸਾ ਨਹੀਂ ਬੀਤਦਾ ਜਿਹਦੇ 'ਚ ਕਾਬਲ 'ਚ ਉਹ ਭਾਵੇਂ ਡਿਪਲੋਮੈਟਿਕ ਏਰੀਆ 'ਚ ਅਟੈਕ ਨਾ ਹੁੰਦਾ ਹੋਏ ਉਹਨਾਂ ਦੇ ਬਲਗਾਮ ਏਅਰਪੋਰਟ ਤੋਂ ਲੈ ਕੇ ਕਾਬਲ ਤੱਕ ਨਾ ਹੁੰਦਾ ਹੋਏ ਅੱਜ ਵੀ ਇੱਕ ਜਿਹੜਾ ਮੇਨ ਹੈ ਆਤਮਘਾਤੀ ਹਮਲਾ ਜਿਹੜਾ
ਉਹ ਹੋਇਆ। ਔਰ ਇਹ ਜਿਹੜਾ ਪਾਰਟ ਹੈ, ਇੱਕ ਗੱਲ ਪਾਕਿਸਤਾਨ ਦੇ ਹਵਾਲੇ ਨਾਲ ਅਮਰੀਕਾ ਨੂੰ ਔਰ ਫਿਰ ਅਮਰੀਕਾ ਦੇ ਹਵਾਲੇ ਨਾਲ ਇੰਡੀਆ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਕਿ ਨੋ ਮੈਟਰ 9/11 ਤੋਂ ਬਾਅਦ ਉੱਥੇ 14-15 ਸਾਲ ਅਮਰੀਕਾ ਨੈਟੋ ਬੈਠਾ ਹੈ, ਇੰਡੀਆ ਨੇ ਵੀ ਪੂਰੀ ਸ਼ਰਾਰਤ ਉੱਥੇ ਕੀਤੀ ਹੈ। ਔਰ ਜੇ ਇੰਡੀਆ ਦੇ ਹਵਾਲੇ ਨਾਲ ਅਸੀਂ ਦੇਖੀਏ ਕਿ ਇਸ ਦੌਰ 'ਚ ਉਹਨਾਂ ਨੇ ਜ਼ਾਹਿਦਾਨ, ਮਜ਼ਾਰ, ਜਲਾਲਾਬਾਦ, ਕੰਧਾਰ, ਇਹਨਾਂ ਚਾਰ ਥਾਵਾਂ 'ਤੇ ਜਿਹੜਾ ਬਾਰਡਰਿੰਗ ਪਾਕਿਸਤਾਨ ਨੇ ਆਪਣੇ ਕੌਂਸਲੇਟ ਖੋਲ੍ਹੇ, ਮਿਸ਼ਨ ਖੋਲ੍ਹੇ, ਹੁਣ ਉਹ ਕੋਈ ਵੀਜ਼ਾ ਦੇਣ ਲਈ ਨਹੀਂ ਹੈ ਵੀ ਜ਼ਾਹਿਦਾਨ ਜਾਂ ਕੰਧਾਰ ਜਾਂ ਮਜ਼ਾਰ ਤੋਂ ਕੋਈ ਜਿਹੜਾ ਵੀਜ਼ਾ ਲੈ ਕੇ ਇੰਡੀਆ ਆਉਣ ਵਾਲੇ ਨੇ। ਇਹ ਸਾਰੇ ਇਹਨਾਂ ਦੇ ਇਨਫਿਲਟ੍ਰੇਸ਼ਨ ਸੈਂਟਰ ਨੇ ਜਿੱਥੋਂ ਕਿ ਇਹਨਾਂ ਨੇ ਪਾਕਿਸਤਾਨ ਦੇ 3 ਖਿੱਤਿਆਂ ਦੇ ਵਿੱਚ ਜਿਹੜੀ ਹੈ ਉਹ ਬਦਅਮਨੀ, ਸਿਵਲ ਵਾਰ ਔਰ ਦਹਿਸ਼ਤਗਰਦੀ ਦੇ ਲਈ ਹਥਿਆਰ, ਪੈਸਾ ਰਿਕਰੂਟ ਕਰਨਾ ਉਹਦਾ ਕੰਮ ਰੱਖਿਆ। ਉਹਨਾਂ ਸਭ ਤੋਂ ਪਹਿਲਾਂ ਬਲੋਚਿਸਤਾਨ, ਕਿਉਂਕਿ ਜੋ ਕੁਛ ਬਲੋਚਿਸਤਾਨ ਨੈਸ਼ਨਲਿਸਟ ਆਰਮੀ ਦੇ ਥੱਲੇ ਔਰ ਜਿਸ ਕਿਸਮ ਦਾ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਅੱਡ ਕਰਨ ਦੀ ਲਾਈਨ, ਬੇਸ਼ੱਕ ਉਹ ਅਮਰੀਕਾ ਦਾ ਵੀ ਜਿਹੜਾ ਉਹ ਡਰੀਮ ਰਿਹਾ ਜਾਂ ਹੈ, ਲੇਕਿਨ ਬਹੁਤ ਐਗਰੈਸਿਵਲੀ ਇੰਡੀਆ ਨੇ ਇਸ ਦੇ ਵਿੱਚ ਆਪਣਾ ਰੋਲ ਅਦਾ ਕੀਤਾ ਔਰ ਲਗਾਤਾਰਤਾ ਨਾਲ ਕਰ ਰਹੇ ਨੇ। ਦੂਸਰਾ, ਉਹਨਾਂ ਦੀ ਜਿਹੜੀ ਇਮੀਡੀਏਟਲੀ ਅਫਗਾਨਿਸਤਾਨ ਦੇ ਨਾਲ ਪਾਕਿਸਤਾਨ ਦਾ ਲੱਗਦਾ ਇਲਾਕਾ ਹੈ ਜਿਹਨੂੰ ਫਾਟਾ ਕਹਿੰਦੇ ਨੇ, ਉਹ ਹੈ ਫੈਡਰਲੀ ਐਡਮਿਨਿਸਟਰਡ ਟ੍ਰਾਈਬਲ ਏਰੀਆ। ਹੁਣ ਇਹ ਫਾਟਾ ਜਿਹੜੀ ਹੈ ਫੈਡਰਲੀ ਐਡਮਿਨਿਸਟਰਡ ਟ੍ਰਾਈਬਲ ਏਰੀਆ ਦੇ ਵਿੱਚ ਇਹ ਸਾਰੇ ਔਰਕਜ਼ਾਈ, ਨੌਰਥ ਵਜ਼ੀਰਸਤਾਨ, ਸਾਊਥ ਵਜ਼ੀਰਸਤਾਨ, ਖੈਬਰ ਔਰ ਇਹ ਸਾਰੇ ਇਲਾਕੇ ਨੇ। ਹੁਣ ਇਹਨਾਂ ਦੇ ਵਿੱਚ ਜਿਸ ਕਿਸਮ ਦਾ ਵਰਤਾਰਾ ਹੈ, ਭਾਰਤ ਦੀ ਇੰਟਰਫੇਰੈਂਸ ਜਿਹੜੀ ਹੈ ਫਾਟਾ ਦੇ ਵਿੱਚ ਬਹੁਤ ਜ਼ਿਆਦਾ ਹੈ ਔਰ ਕਰਾਚੀ ਦੇ ਹਵਾਲੇ ਨਾਲ, ਕਿਉਂਕਿ ਕਰਾਚੀ ਦੇ ਵਿੱਚ ਐਮ ਕਿਊ ਐਮ ਪਾਰਟੀ ਦਾ ਜਿਹੜੀ ਹੈ ਕੌਮੀ ਮੁਹਾਜਰ ਮੂਵਮੈਂਟ ਇਹਨਾਂ ਦਾ ਜ਼ੋਰ ਹੈ। ਅਲਤਾਫ ਹੁਸੈਨ ਉਹਨਾਂ ਦਾ ਲੀਡਰ ਇੰਗਲੈਂਡ 'ਚ ਬੈਠਾ ਹੈ, ਬੇਸ਼ੱਕ ਅਸੀਂ ਉਹਨਾਂ ਦੇ ਪਾਕਿਸਤਾਨ ਦੇ ਅੰਦਰੂਨੀ ਢਾਂਚੇ ਬਾਰੇ ਕੁਛ ਕਹਿਣ ਤੋਂ ਸੰਕੋਚ ਕਰਦੇ ਹਾਂ, ਪਰ ਇੱਕ ਗੱਲ ਜਿਹੜੀ ਫਿਰ ਮੀਡੀਆ 'ਚ ਚਰਚਾ ਦਾ ਵਿਸ਼ਾ ਹੁੰਦੀ ਹੈ ਔਰ ਕਈ ਵਾਰ ਇਹਨਾਂ ਦਾ ਨਾਂ ਵੀ ਆਪਸ ਦੇ ਵਿੱਚ ਜੁੜਦਾ ਕਿ ਈਵਨ ਕਰਾਚੀ ਦੇ ਮਾਮਲੇ 'ਚ ਵੀ, ਐਮ ਕਿਊ ਐਮ ਦੇ ਮਾਮਲੇ 'ਚ ਵੀ ਭਾਰਤ ਦਾ ਜਿਸ ਤਰੀਕੇ ਦਾ ਰਵੱਈਆ ਹੈ ਉਹ ਪਾਕਿਸਤਾਨ ਦੇ ਮਾਮਲਿਆਂ 'ਚ ਇੰਟਰਫੇਰੈਂਸ ਵਾਲਾ। ਔਰ ਇਹ ਤਿੰਨੋਂ ਹੀ ਮੁੱਦੇ ਜਿਹੜੇ ਨੇ ਇਹ ਕੋਈ ਸਿਰਫ ਮੈਂ ਹੀ ਨਹੀਂ ਕਹਿ ਰਿਹਾ ਆਪਣੇ ਆਧਾਰ ਦੇ ਉੱਤੇ, ਜੇ ਅਸੀਂ ਇਸ ਸੋਸ਼ਲ ਡਿਪਲੋਮੇਸੀ ਦੀ ਬੈਕਗਰਾਊਂਡ ਦੇਖੀਏ ਤੇ ਅਕਤੂਬਰ ਮਹੀਨੇ ਦੇ ਵਿੱਚ, ਪਹਿਲਾਂ ਤਾਂ ਜੁਲਾਈ 2015 ਦੀ ਗੱਲ ਕਰੀਏ ਕਿ ਪਾਕਿਸਤਾਨ ਨੇ ਤਾਲਿਬਾਨ ਜਿਹੜੇ ਕਿ ਅਫਗਾਨਿਸਤਾਨ ਦੇ ਵਿੱਚ ਐਕਟਿਵ ਨੇ ਔਰ ਅਫਗਾਨ ਗੌਰਮੈਂਟ ਦੀ ਇੱਕ ਮੀਟਿੰਗ ਉਹਨਾਂ ਦੇ ਨੁਮਾਇੰਦਿਆਂ ਦੀ, ਜਿਹਨਾਂ ਦੇ ਵਿੱਚ ਉਹਨਾਂ ਦਾ ਪ੍ਰੈਜੀਡੈਂਟ ਅਸ਼ਰਫ ਗਨੀ, ਹੁਣ ਉਹਨੇ ਟੇਕ ਓਵਰ ਕੀਤਾ ਹੈ, ਪਾਕਿਸਤਾਨ ਪ੍ਰਤੀ ਵੀ ਦੋਸਤਾਨਾ ਰਵੱਈਆ ਰੱਖਦਾ ਹੈ, ਉਹਨਾਂ ਦੀ ਮੀਟਿੰਗ ਕਰਾਈ। ਸੋ ਇਹ ਜ਼ਾਹਰ ਹੈ ਕਿ ਜੇ ਕੋਈ ਵੀ ਟ੍ਰਾਂਜ਼ੀਸ਼ਨ, ਅਲਟੀਮੇਟਲੀ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਨੇ ਅਫਗਾਨਿਸਤਾਨ ਦੇ ਵਿੱਚ ਆਪਣਾ ਰੂਲ ਕਰਨਾ ਹੈ ਔਰ ਪ੍ਰਭਾਵ, ਤਾਲਿਬਾਨ ਦਾ ਮਤਲਬ ਪਠਾਣ ਹੈ, ਕਿਉਂਕਿ ਜਿਸ ਕਿਸਮ ਦਾ ਉੱਥੋਂ ਦਾ ਵੀ ਬ੍ਰੇਕਅਪ ਹੈ ਔਰ ਜਿਵੇਂ ਇੰਡੀਆ ਨੌਰਦਰਨ ਅਲਾਇੰਸ ਨੂੰ ਸਪੋਰਟ ਕਰਦਾ ਰਿਹਾ, ਅਮਰੀਕਾ ਕਰਦਾ ਰਿਹਾ, ਉਹਦੇ 'ਚੋਂ ਤਾਜ਼ਕ ਔਰ ਦੂਸਰੇ ਲੋਕ ਨੇ, ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਜਾਂ ਆਪਣਾ ਉਹਨਾਂ ਦਾ, ਲੇਕਿਨ ਅਫਗਾਨਿਸਤਾਨ ਪਠਾਣ ਮੈਜੋਰਿਟੀ ਔਰ ਤਾਲਿਬਾਨ ਜਿਹੜੇ ਕਿ ਅਫਗਾਨਿਸਤਾਨ 'ਚ ਵੀ ਨੇ ਔਰ ਇੱਧਰ ਫੈਡਰਲ ਜਿਹੜਾ ਫਾਟਾ ਏਰੀਆ ਤੋਂ ਇਲਾਵਾ ਵੀ ਜਿਹੜਾ ਪਾਕਿਸਤਾਨ ਦਾ ਖੈਬਰ ਪਖਤੂਨਵਾ ਸੂਬਾ ਉਹ ਵੀ ਅਫਗਾਨ ਪਠਾਣ ਮੈਜੋਰਿਟੀ ਹੈ। ਸੋ ਇਸ ਤੋਂ ਬਾਅਦ ਇਹ ਜਿਹੜਾ ਸੀ, ਅਮਰੀਕਾ ਨੇ ਇਹਦੇ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਇਹੀ ਕਾਰਨ ਹੈ ਕਿ ਜਦੋਂ ਨਵਾਜ਼ ਸ਼ਰੀਫ ਵਾਈਟ ਹਾਊਸ 'ਚ ਓਬਾਮਾ ਨੂੰ ਮਿਲੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ। ਪਰ ਪਾਕਿਸਤਾਨ ਨੇ ਜੋ ਇੰਡੀਆ ਦਾ ਦੀ ਇੰਟਰਫੇਰੈਂਸ ਹੈ ਉਹਦੇ ਮਾਮਲੇ 'ਚ ਅਕਤੂਬਰ ਦੇ ਮਹੀਨੇ 'ਚ ਜਿਹੜੀ ਪਾਕਿਸਤਾਨ ਦੀ UN ਦੇ ਵਿੱਚ ਪਰਮਾਨੈਂਟ ਰਿਪ੍ਰੈਜੈਂਟੇਟਿਵ ਹੈ ਮਲੀਆ ਲੋਧੀ, ਇਹ ਪਹਿਲਾਂ ਐਂਬੈਸਡਰ ਵੀ ਰਹੀ ਪਾਕਿਸਤਾਨ ਦੀ ਅਮਰੀਕਾ ਦੇ ਵਿੱਚ, ਉਹਨੇ ਜਿਹੜਾ ਡੋਜ਼ੀਅਰ UN ਦੇ ਸੈਕਟਰੀ ਜਨਰਲ ਬੈਨ ਕੀ ਮੂਨ ਨੂੰ ਦਿੱਤਾ ਸੀ ਉਹਦੇ 'ਚ ਇਹੀ ਤਿੰਨੋਂ ਚੀਜ਼ਾਂ ਜਿਹੜੀਆਂ ਮੈਂ ਆਲਰੇਡੀ ਡਿਸਕ੍ਰਾਈਬ ਕੀਤੀਆਂ ਇਹ ਉਸ ਡੋਜ਼ੀਅਰ ਦਾ ਹਿੱਸਾ ਸੀ, ਮੈਂ ਰਿਪੀਟ ਨਹੀਂ ਕਰਾਂਗਾ ਸਮੇਂ ਦੀ ਸੀਮਾ ਨੂੰ ਦੇਖਦੇ ਹਾਂ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਇਹ ਜਿਹੜੇ ਨੇ ਭਾਰਤ ਬਾਰ ਬਾਰ ਲਾਈਨ ਆਫ ਕੰਟਰੋਲ ਦੇ ਵਿੱਚ ਸੀਜ਼ ਫਾਇਰ ਨੂੰ ਵਾਇਲੇਟ ਕਰ ਰਿਹਾ। ਫਿਰ ਜਦੋਂ UN ਜਨਰਲ ਅਸੈਂਬਲੀ ਦਾ 76ਵਾਂ ਸੈਸ਼ਨ ਹੋਇਆ ਅਤੇ ਉਹਦੇ 'ਚ ਵੀ ਜਿਹੜੀ ਹੈ ਪਾਕਿਸਤਾਨ ਦੀ ਮਲੀਆ ਲੋਧੀ ਨੇ ਕਸ਼ਮੀਰ ਇਸ਼ੂ ਨੂੰ ਰੇਜ਼ ਕੀਤਾ ਔਰ ਜਦੋਂ ਨਵਾਜ਼ ਸ਼ਰੀਫ ਪ੍ਰੈਜ਼ੀਡੈਂਟ ਓਬਾਮਾ ਨੂੰ ਮਿਲਿਆ ਉਹਦੇ 'ਚ ਵੀ ਉਹਨਾਂ ਨੇ ਰੇਜ਼ ਕੀਤਾ।
ਸੋ ਜ਼ਾਹਰ ਹੈ ਕਿ ਅਮਰੀਕਾ ਦਾ ਇੰਟਰਸਟ ਹੈ ਕਿ ਇੰਡੀਆ ਪਾਕਿਸਤਾਨ ਘੱਟੋ ਘੱਟ ਹੋਸਟਿਲਿਟੀ ਦੁਸ਼ਮਣੀ ਛੱਡ ਕੇ ਨੇੜੇ ਆਉਣ, ਕਿਉਂਕਿ ਅਮਰੀਕਾ ਨੂੰ ਹੁਣ ਪਾਕਿਸਤਾਨ ਦੀ ਲੋੜ ਹੈ। ਅਫਗਾਨਿਸਤਾਨ ਦੇ ਵਿੱਚ ਕੋਈ ਵੀ ਐਗਰੀਮੈਂਟ ਫਾਈਨਲੀ ਜਿਹੜਾ ਉਹ ਜੇ ਇੰਪਲੀਮੈਂਟ ਹੋਏਗਾ ਤਾਂ ਪਾਕਿਸਤਾਨ ਦਾ ਉਹਦੇ 'ਚ ਫਰੰਟਲ ਰੋਲ ਹੋਏਗਾ। ਇੰਡੀਆ ਨੇ ਬੇਸ਼ੱਕ ਉੱਥੇ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ, ਅਮਰੀਕਾ ਨੇ ਵੀ ਚਾਹਿਆ ਕਿ ਇੰਡੀਆ ਨੂੰ ਵੱਡਾ ਰੋਲ ਉੱਥੇ ਦਿੱਤਾ ਜਾਏ, ਲੇਕਿਨ ਉਹਦੇ 'ਚ ਕਾਮਯਾਬ ਨਹੀਂ ਹੋਏ। ਔਰ ਹੁਣ ਇਸ ਸਾਰੇ ਨੂੰ ਅਸੀਂ ਦੇਖਦੇ ਹਾਂ ਕਿ ਫਿਰ ਕਿਵੇਂ ਮੋਦੀ ਨੇ ਯੂ ਟਰਨ ਮਾਰਿਆ। ਨਹੀਂ ਹੈ ਵੀ ਇਕਦਮ ਇਹ ਗੱਲ ਸੋਸ਼ਲ ਡਿਪਲੋਮੇਸੀ ਤੱਕ ਪਹੁੰਚ ਗਈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਮਹੀਨੇ ਪੈਰਿਸ ਦੇ ਵਿੱਚ ਜਦੋਂ ਕਲਾਈਮੇਟ ਚੇਂਜ ਦੀ ਮੀਟਿੰਗ ਸੀ, ਔਰ ਇਹ ਪਿਛਲੇ ਮਹੀਨੇ ਦਾ ਮਤਲਬ ਨਵੰਬਰ ਹੀ ਹੈ, ਉਹਦੇ 'ਚ ਇਕਦਮ ਜਿਹੜਾ ਮੋਦੀ ਅਦਰਵਾਈਜ਼ ਮਿਲਣ ਨੂੰ ਤਿਆਰ ਨਹੀਂ ਸੀ, ਜਿਹੜਾ ਓਬਾਮਾ ਨੂੰ ਬੇਸ਼ੱਕ ਰੂਸ ਦੀ ਉਲਫਾ ਦੇ ਵੇਲੇ ਮਿਲਿਆ, ਲੇਕਿਨ ਫਿਰ ਉਹ ਡਿਪਲੋਮੇਸੀ ਜਿਹੜੀ ਹੈ ਉਹ ਬੈਕ ਟਰੈਕ 'ਤੇ ਚਲੀ ਗਈ, ਫਸਟ ਸੈਕਟਰੀ ਲੈਵਲ ਗੱਲਬਾਤ ਨਹੀਂ ਹੋਈ। ਸੋ ਮੋਦੀ ਨੇ ਸਾਈਡ ਲਾਈਨ ਦੇ ਉੱਤੇ ਪੈਰਿਸ 'ਚ ਕਲਾਈਮੇਟ ਚੇਂਜ ਕਾਨਫਰੰਸ ਨਵਾਜ਼ ਸ਼ਰੀਫ ਦੇ ਨਾਲ ਮੀਟਿੰਗ ਕੀਤੀ ਸੀ। ਸੋ ਜਿਹਨੂੰ ਮੈਲਟਿੰਗ ਆਈਸ ਕਹਿੰਦੇ ਨੇ ਕਿ ਆਈਸ ਸਟਾਰਟਿਡ ਮੈਲਟਿੰਗ, ਅਸੀਂ ਕਹਾਂਗੇ ਕਿ ਬਈ ਉਹ ਜਿਹੜੇ ਫਰੀਜ਼ ਰਿਲੇਸ਼ਨਸ਼ਿਪ ਸੀ ਉਹਦੇ 'ਚ ਬਰਫ਼ ਜਿਹੜੀ ਹੈ ਉਹ ਪਿਘਲਣੀ ਸ਼ੁਰੂ ਹੋਈ। ਫਿਰ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਛ ਹਫ਼ਤੇ ਪਹਿਲਾਂ ਹੀ ਸੁਸ਼ਮਾ ਸਵਰਾਜ ਹਾਰਟ ਆਫ ਏਸ਼ੀਆ ਕਾਨਫਰੰਸ ਦੇ ਵਿੱਚ ਉੱਥੇ ਪਹੁੰਚ ਗਏ ਇਸਲਾਮਾਬਾਦ, ਔਰ ਸਰਤਾਜ ਅਜ਼ੀਜ਼ ਨਾਲ ਮੁਲਾਕਾਤ ਔਰ ਮੁਸਕਰਾਟਾਂ, ਔਰ ਜਿਹੜੇ ਇੱਥੇ ਉਰਦੂ ਨੂੰ ਖੜ੍ਹਾ ਨਹੀਂ ਹੋਣ ਦੇਣਾ ਚਾਹੁੰਦੇ, ਜਿਹਨਾਂ ਸਟੇਟਾਂ ਦੇ ਵਿੱਚ ਮਾੜਾ ਮੋਟਾ ਉਹਨਾਂ ਦੇ ਵੀ ਫੰਡ ਖਾ ਰਹੇ ਨੇ, ਉਹਨੂੰ ਨਹੀਂ ਦੇ ਰਹੇ, ਅਤੇ ਉਹ ਬੜੀ ਚੇਸਟ ਉਰਦੂ ਦੇ ਵਿੱਚ ਸੁਸ਼ਮਾ ਸਵਰਾਜ ਮੁਸਕਰਾ ਮੁਸਕਰਾ ਕੇ ਪਾਕਿਸਤਾਨ ਦੇ ਵਿੱਚ ਜਿਹੜੀ ਹੈ ਉਹ ਤਕਰੀਰਾਂ ਕਰ ਰਹੀ ਹੈ। ਉਹਦਾ ਓਬਜੈਕਸ਼ਨ ਵੀ ਕੀਤਾ ਉਹਨਾਂ ਨੇ, ਇਹਨਾਂ ਦੀ ਆਪਣੀ ਪਾਰਟੀ ਨੇ। ਸੋ ਇਹ ਉਸ ਜਿਹੜੀ ਪਿਘਲੀ ਬਰਫ਼ ਹੈ ਉਸ ਦੀ ਅੱਗੇ ਗੱਲ ਜਾ ਰਹੀ ਸੀ। ਔਰ ਫਿਰ ਅਸੀਂ ਦੇਖਦੇ ਹਾਂ ਕਿ ਬਈ ਇਹ ਸਾਰੇ 'ਚ ਹੁਣ ਜਦੋਂ ਕਿ ਮੋਦੀ ਉੱਥੇ ਗਏ ਨੇ, ਇਹਨੂੰ ਇਹ ਠੀਕ ਟਰਮ ਹੈ ਸੋਸ਼ਲ ਡਿਪਲੋਮੇਸੀ, ਕਿ ਇਹਦੇ ਨਾਲ ਅਮਰੀਕਾ ਵੀ ਖੁਸ਼ ਵੈਸੇ ਵੀ ਉਹਨਾਂ ਦਾ, ਔਰ ਇਹਦੇ 'ਚ ਮੈਂ ਸਮਝਦਾ ਵੀ ਸਾਡੇ ਲਈ ਕੋਈ ਨਾ ਐਡੀ ਕੋਈ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ ਨਾ ਕੋਈ ਚਿੰਤਾ ਦੀ ਗੱਲ ਹੈ, ਲੇਕਿਨ ਇਹਦੇ 'ਚੋਂ ਇੱਕ ਸਬਕ ਮੈਂ ਸਮਝਦਾ ਵੀ ਜਿਹੜਾ ਜ਼ਰੂਰ ਨਿਕਲਦਾ ਕਿ ਸਾਡੇ ਵੀਰ ਭੈਣ, ਔਰ ਇਹ ਗੱਲ ਮੈਂ ਹਿਊਸਟਨ 'ਚ ਵੀ ਕਹੀ ਸੀ ਕਿ ਬਹੁਤ ਵਾਰ ਅਸੀਂ ਜਿਹੜੇ ਪਰਸਨੈਲਿਟੀ ਕਲੈਸ਼ ਵਾਲੇ ਲੋਕ ਹੁੰਦੇ ਹਾਂ ਇੱਕ ਦੂਜੇ ਨਾਲ ਥੋੜ੍ਹਾ ਬਹੁਤ, ਅਸੀਂ ਇੱਕ ਦੂਜੇ ਨਾਲ ਬਹਿਣ ਨੂੰ ਵੀ ਤਿਆਰ ਨਹੀਂ ਹੁੰਦੇ। ਅਸੀਂ ਸਮਝਦੇ ਹਾਂ ਵੀ ਕੱਖ ਨਾ ਰਹੇ ਉਹਦਾ ਮੈਂ ਫਿਰ ਵੀ ਨਹੀਂ ਜਾਵਾਂਗਾ, ਜੇ ਉਹਦਾ ਕੱਖ ਵੀ ਨਾ ਰਿਹਾ ਫਿਰ ਵੀ ਨਹੀਂ ਕਰਾਂਗਾ, ਕਿ ਅਸੀਂ ਇਸ ਕਦਰ ਰਿਜਿਡ ਹੁੰਦੇ ਹਾਂ। ਪਰ ਤੁਸੀਂ ਜੇ ਇਹ ਬ੍ਰਹਮਨਿਕਲ ਵਿਚਾਰਧਾਰਾ ਦੇ ਜਿਹੜੇ 4000 ਸਾਲ ਦੇ ਪੈਰੋਕਾਰ ਨੇ, ਲੀਡ ਕਰਨ ਵਾਲੇ ਨੇ, ਇਹਨਾਂ ਦਾ ਹਾਲ ਦੇਖੋ, ਜਿਹੜੇ ਪਾਕਿਸਤਾਨ ਨੂੰ ਫੀਲਡ ਸਟੇਟ, ਪਾਕਿਸਤਾਨ ਅਖੰਡ ਭਾਰਤ ਦਾ ਹਿੱਸਾ, ਔਰ ਦਿਸ ਔਰ ਦੈਟ, ਔਰ ਮੁਸਲਮਾਨਾਂ ਪ੍ਰਤੀ ਕੀ ਨਹੀਂ, 170 million ਮੁਸਲਮਾਨਾਂ ਦਾ ਜਿਹੜਾ ਉਹ ਨੱਕ 'ਚ ਦਮ ਕੀਤਾ ਹੋਇਆ ਇਹਨਾਂ ਨੇ, ਔਰ ਕਿਸ ਕਿਸਮ ਦਾ ਕਦੇ ਲਵ ਜਿਹਾਦ ਅਤੇ ਫਲਾਣੇ ਦੇ ਥੱਲੇ ਔਰ ਬੀਫ ਅਤੇ ਫਲਾਣਾ, ਲੇਕਿਨ ਕਿੰਨੀ ਸਹਿਜਤਾ ਨਾਲ ਇਹ ਯੂ ਟਰਨ ਮਾਰ ਲੈਂਦੇ ਨੇ ਜੇ ਆਕਾ ਨੂੰ ਖੁਸ਼ ਕਰਨਾ ਹੈ ਜਾਂ ਕੋਈ ਹੋਰ ਏਜੰਡਾ ਅਨਫੋਲਡ ਹੋਏਗਾ। ਕਿਉਂਕਿ ਇੱਕ ਏਜੰਡਾ ਜ਼ਰੂਰ ਸਾਹਮਣੇ ਆ ਰਿਹਾ ਕਿ ਇਸ ਸਾਰੇ ਦੇ ਪਿੱਛੇ ਜਿੰਦਲ, ਇੱਕ ਵੱਡਾ ਕਾਰਖਾਨੇਦਾਰ ਜਿਹਦੇ ਇਸਪਾਤ ਦਾ ਲੋਹੇ ਦਾ ਕਾਰੋਬਾਰੀ ਦੋਨੋਂ ਪਾਸੇ ਮੋਦੀਆਂ ਦੇ ਵੀ ਨੇੜੇ ਹੈ, ਇੱਧਰ ਵੀ ਫੰਡਿੰਗ ਦਿੰਦਾ, ਉੱਧਰ ਵੀ ਨਵਾਜ਼ ਸ਼ਰੀਫ ਵਪਾਰੀ ਨੇ, ਬੜਾ ਵੱਡਾ ਉਹਨਾਂ ਦਾ ਕਾਰੋਬਾਰ ਹੈ ਉਹਨਾਂ ਦੇ ਪਿਤਾ ਦੇ ਜ਼ਮਾਨੇ ਤੋਂ, ਔਰ ਉਹਨੇ ਕੀ ਰੋਲ ਅਦਾ ਕੀਤਾ। ਸੋ ਇੰਡੀਆ ਮੇ ਬੀ ਜਿੰਦਲ ਉਹ ਰਸਤਾ ਖੁੱਲ੍ਹਾ ਕਰਨਾ ਚਾਹੁੰਦਾ ਹੋਏ ਕਿ ਭਾਈ ਉੱਥੋਂ ਰਾਹਦਾਰੀ ਦੀ ਲੋੜ ਹੀ ਨਾ ਰਹੇ, ਜਿਹੜਾ ਲੈਂਡ ਰੂਟ ਮਿਲ ਜਾਏ ਇੰਡੀਆ ਨੂੰ, ਇਹਨਾਂ ਦਾ ਪ੍ਰੋਡਕਟ ਜਾਏ, ਜਾਂ ਉਹ ਵਪਾਰਕ ਹੋਰ ਕੀ ਹਿੱਤ ਨੇ ਉਹ ਵੀ ਸਾਹਮਣੇ ਆ ਜਾਣਗੇ। ਪਰ ਜਿਹੜਾ ਮੈਂ ਸਮਝਦਾ ਵੀ ਸਾਡੇ ਲਈ ਅੱਜ ਦੀ ਡੇਟ 'ਚ ਇਹ ਗੱਲ ਸਮਝਣ ਵਾਲੀ ਹੈ ਕਿ ਇਹਨਾਂ ਦੇ ਲਈ ਕੋਈ ਹਲਾਲ ਨਹੀਂ ਹੈ, ਕੋਈ ਹਰਾਮ ਨਹੀਂ ਹੈ ਹਿੰਦੂ ਹਾਕਮਾਂ ਦੇ ਲਈ। ਇਹ ਜੇ ਮਾਰਨਾ ਪਏਗਾ ਮਾਰ ਦੇਣਗੇ ਜਿਸ ਕਿਸਮ ਦਾ ਇਹਨਾਂ ਦਾ ਰਿਹਾ, ਅਤੇ ਜੇ ਥੱਕ ਆਏ ਪ੍ਰਭ ਕੀ ਸਾਮ, ਜੇ ਗਧੇ ਨੂੰ ਪਿਓ ਕਹਿਣਾ ਪੈਂਦਾ, ਅਤੇ ਇਹਦੇ ਲਈ ਉਹੀ ਜਿਹਨੂੰ ਇੱਕ ਮਿੰਟ ਪਹਿਲਾਂ ਗਧਾ ਕਹਿ ਕੇ ਦੁਰਕਾਰਿਆ ਹੁੰਦਾ, ਉਹਨੂੰ ਪਿਤਾ ਜੀ ਕਹਿ ਕੇ ਉਹਦੇ ਤੋਂ ਆਸ਼ੀਰਵਾਦ ਲੈਣ ਲੱਗ ਜਾਣਗੇ। ਸੋ ਘੱਟੋ ਘੱਟ ਅਸੀਂ ਹੋਰ ਕੁਛ ਨਹੀਂ ਕਰ ਸਕਦੇ, ਭਾਵੇਂ ਇੰਟਰਨੈਸ਼ਨਲ ਲੈਵਲ 'ਤੇ ਸਾਡੀ ਕੋਈ ਪਹੁੰਚ ਨਹੀਂ ਹੈ, ਆਪਣੇ ਰਿਸ਼ਤਿਆਂ 'ਚ, ਆਪਣੇ ਸ਼ਹਿਰਾਂ 'ਚ ਕੋਈ ਕਮੇਟੀਆਂ ਦੇ ਰੌਲੇ, ਕੋਈ ਸ਼ਖਸੀਅਤਾਂ ਦੇ ਰੌਲੇ, ਕੋਈ ਜਥੇਬੰਦੀਆਂ ਦੇ ਰੌਲੇ, ਪੰਜਾਬ 'ਚ ਸਾਡੀਆਂ ਧਿਰਾਂ ਦੇ ਰੌਲੇ, ਘੱਟੋ ਘੱਟ ਇਸ ਮੋਦੀ ਦਾ ਜਿਹੜਾ ਇਹ ਸੋਸ਼ਲ ਡਿਪਲੋਮੇਸੀ ਦੀ ਲਾਈਨ ਹੈ, ਇਹ ਸਬਕ ਅਸੀਂ ਜ਼ਰੂਰ ਲੈ ਸਕਦੇ ਹਾਂ ਕਿ ਅਸੀਂ
डिप्लोमेसी दे लई अपने नूं घट्टो घट ये मद्देनजर रखदे हां कि कौम दा भला इहदे च हो सकदा है, इस लाइन नूं जरूर लई है। सो ये अज दा सियासी मुद्दे साडा नजरिया इस सोशल डिप्लोमेसी दे उत्ते जी डॉक्टर साहब।